मैं फटो बनाया माड़ा जहां मैंने पन्न लवा पहला हेलो जी सत श्री अकाल जी सारियां नूं तुहाडा सारियां दा मेरे यूट्यूब चैनल ते बहुत बहुत स्वागत है जी आयां नूं जी ते चलो जी वीडियो दी शुरुआत कर रहे हैं जी त्यौहार दे दिन ने जी रखड़ी दा त्यौहार है ते सानूं सारियां नूं मेरे वल्लों बहुत बहुत रखड़ी दियां बहुत बहुत मुबारक जी ते इह हैगी जी 2 तरीक दी वीडियो ते 2 तरीक नूं दीदी आए सी ते इह हैगे ने मेरे ननाण ते ननाण दी कुड़ी दोतरवान साडी तो ये रखड़ी बनन आए थे एक दिन पहला ही आए थे 2 तरीक नूं ते दीदी हुरी ऐस एवें ही कर दिया ने कई बार तो पहला दिन दे दिन आ जांदियां ने या फिर मतलब एक या 2 दिन पहला ही आ जांदे ने ते इन्हां नूं भी पता हुंदा भी इन्हां ने भी जाना हुंदा सी भी रखड़ी बनन पर इस बार असी नहीं सी गए पर इन्हां दा फोन तो आ गया सी भी तुसीं घरे ही हो ते असी रखड़ी बनन आउणा सी ते इस करके चलो ये रखड़ी बनन दीदी हुरी आ गए सी ते हुण इत्थे इत्थे हुण पानी वगैरह देता सी चाह पानी पी लिया सी ते हुण अपना बैठे सी गल्लां बातां मार रहे सी घड़ी इत्थे ते वधिया लगदा जदो कोई आउंदा अपने घर च ते वधिया रौनक होर भी रौनक वध जांदी है ते धीआं दे जदो घर आउंदियां ने ते पता ही है जी सारियां नूं पता ही है जी धीआं तां इस घर दीआं रौनकां हुंदियां ने धीआं ते तरीकां रौनक हुंदियां विहड़े दी ਤੇ ਇਹਨਾਂ ਦੇ ਧੀਆਂ ਦੇ ਆਪਣੇ ਘਰ ਨੇ ਜੀ ਜਦੋਂ ਮਰਜ਼ੀ ਆਉਣ ਜਾਣ ਜੀ ਸਦਕੇ ਤੇ ਚਲੋ ਜੀ ਹੁਣ ਇਹ ਰੱਖੜੀ ਬੰਨਣਗੇ ਜੀ ਚਲੋ ਜੀ ਇਹਨਾਂ ਨੇ ਹੁਣ ਰੱਖੜੀ ਬੰਨ ਲਈ ਸੀ ਅਤੇ ਇੱਥੇ ਬਹਿ ਕੇ ਹੁਣ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਅਤੇ ਫਿਰ ਉੱਧਰ ਵੀ ਜਾਣਾ ਸੀ ਆਪਣੇ ਦੂਜੇ ਘਰ 'ਚ ਉੱਧਰ ਵੀ ਰੱਖੜੀ ਬੰਨ ਕੇ ਆਉਣੀ ਸੀ ਇੱਧਰ ਹੀ ਆ ਗਏ ਸੀ ਪਹਿਲਾਂ ਅਤੇ ਸਾਡਾ ਤਾਂ ਬਈ ਸਿੰਪਲ ਸੌਦਾ ਸੀਗਾ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਰੱਖੜੀ ਬੰਨੀ ਕੋਈ ਦਿਖਾਵਾ ਨਹੀਂ ਜੀ ਕੋਈ ਇਹਦੇ 'ਚ ਕੁਛ ਨਹੀਂ ਜੀ ਅਤੇ ਵੈਸੇ ਵੀ ਦਿਖਾਵਾ ਕੋਈ ਜ਼ਰੂਰੀ ਚੀਜ਼ ਨਹੀਂ ਹੁੰਦੀ ਜੀ ਦਿਖਾਵਾ ਕਰਕੇ ਹੀ ਬੰਨੋ ਜੀ ਸਭ ਕੁਛ ਤਿਆਰ ਵਿਆਰ ਹੋ ਕੇ ਬੈਠੋ ਜੀ
ਪਰ ਆਪਾਂ ਤਾਂ ਸਿੰਪਲ ਤਰੀਕੇ ਨਾਲ ਰੱਖੜੀ ਬੰਨ੍ਹਣੇ ਆ ਅਤੇ ਬਣਵਾਉਣੇ ਆ ਅਤੇ ਵਧੀਆ ਲੱਗਦਾ ਹੈ ਸਿੰਪਲ ਤਰੀਕੇ ਨਾਲ ਹੀ ਸਭ ਕੁਛ ਕੀਤਾ ਜਾਵੇ ਜੋ ਹੋ ਰਿਹਾ ਜੋ ਜਿਵੇਂ ਜਿਵੇਂ ਆਪਾਂ ਘਰ ਦੇ ਵਿੱਚ ਬਹਿੰਦੇ ਹਾਂ ਕਰਨੇ ਆ ਉਵੇਂ ਹੀ ਵਧੀਆ ਲੱਗਦਾ ਹੈ ਜੀ। ਅਤੇ ਇੱਥੇ ਹੁਣ ਇਹ ਆ ਗਈ ਸੀ ਉੱਧਰ ਆਪਣੇ ਦੂਜੇ ਘਰ ਅਤੇ ਉਹਨਾਂ ਨੂੰ ਵੀ ਹੁਣ ਰੱਖੜੀਆਂ ਬੰਨ੍ਹ ਰਹੇ ਨੇ ਭੂਆ ਆਪਣੇ ਭਤੀਜਿਆਂ ਨੂੰ ਭਰਾ ਨੂੰ ਸਭ ਨੂੰ ਰੱਖੜੀਆਂ ਬੰਨ੍ਹੀਆਂ ਜਾ ਰਹੀਆਂ ਜੀ। ਅਤੇ ਇੱਥੇ ਬੱਚੇ ਦੇਖੋ ਜੀ ਕਿੰਨੇ ਖੁਸ਼ ਨੇ ਰੱਖੜੀ ਬਣਵਾਉਣ ਲੱਗਿਆਂ ਅਤੇ ਇਹਨਾਂ ਨੂੰ ਚਾਅ ਚੜਿਆ ਹੋਇਆ ਸੀ ਵੀ ਭੂਆ ਨੇ ਆਉਣਾ ਰੱਖੜੀ ਬੰਨ੍ਹਣ ਅਤੇ ਇੱਥੇ ਮਹਿਕ ਵੀ ਰੱਖੜੀ ਬੰਨ੍ਹ ਰਹੀ ਹੈ। ਇਹ ਉਹ ਦੂਜੇ ਲੈ ਕੇ ਆਏ ਸੀ ਰੱਖੜੀਆਂ ਵਾਲੇ ਅਤੇ ਮੈਂ ਲੈ ਕੇ ਆਈ ਸੀ ਅਤੇ ਇੱਕ ਮਹਿਕ ਨੇ ਬੰਨ੍ਹ ਲਿਆ ਸੀ ਅਤੇ ਇੱਕ ਮਤਲਬ ਦੀਦੀ ਨੇ ਮੈਨੂੰ ਬੰਨ੍ਹਤਾ ਸੀ ਅਤੇ ਮੈਂ ਉਹੀ ਖੋਲ੍ਹ ਕੇ ਅਤੇ ਮਤਲਬ ਮੈਂ ਕਿਹਾ ਚੱਲ ਤੂੰ ਬੰਨ੍ਹ ਲੈ। ਮੈਂ ਇਹਨੂੰ ਦੇਤਾ ਸੀ ਗੋਗੀ ਨੂੰ, ਇਹਦਾ ਨਾਮ ਗੋਗੀ ਹੈ, ਅਤੇ ਇਹਨੂੰ ਮੈਂ ਗੋਗੀ ਨੂੰ ਦੇਤਾ ਸੀ। ਮੈਂ ਕਿਹਾ ਚੱਲ ਗੋਗੀ ਤੂੰ ਬੰਨ ਲੈ, ਕੋਈ ਗੱਲ ਨਹੀਂ, ਸੋਹਣਾ ਲੱਗੇਗਾ, ਚੂੜਾ ਵੀ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ। ਅਤੇ ਇੱਧਰ ਵੀ ਰੱਖੜੀਆਂ ਬੰਨ੍ਹ ਲਈਆਂ ਅਤੇ ਉੱਧਰ ਵੀ ਰੱਖੜੀਆਂ ਬੰਨ੍ਹ ਲਈਆਂ ਅਤੇ ਵਧੀਆ ਲੱਗਦਾ। ਅਤੇ ਇੱਥੇ ਹੁਣ ਇਹ ਹੈਗਾ ਜੀ ਮਹਿਕ ਦੇ ਭੂਆ ਦਾ ਮੁੰਡਾ ਅਤੇ ਦੀਦੀ ਆਏ ਹੋਏ ਨੇ, ਇਹਨਾਂ ਦਾ ਮੁੰਡਾ ਹੈ ਜੀ ਅਤੇ ਇਹ ਸਾਡਾ ਦੋਹਤਰਵਾਨ ਹੈ ਅਤੇ ਇਹਨੂੰ ਵੀ ਮਹਿਕ ਨੇ ਰੱਖੜੀ ਬੰਨ੍ਹੀ ਹੈ। ਅਤੇ ਇਹ ਪਹਿਲਾਂ ਉੱਧਰ ਮਾਮੇ ਦੂਜੇ ਘਰ ਆਪਣੇ ਘਰ ਸੀਗੇ, ਆਪਣੇ ਦੂਜੇ ਘਰ ਸੀ ਅਤੇ ਇੱਧਰ ਹੁਣ ਮਹਿਕ ਪਹਿਲਾਂ ਪੁੱਛ ਰਹੀ ਸੀ ਵੀ ਚਲੋ ਘਰ ਆਏ ਨੇ ਅਤੇ ਚਲੋ ਬੰਨ੍ਹ ਦਿੰਦੇ ਹਾਂ ਅਤੇ ਇਹ ਵੀ ਰੱਖੜੀ ਬੰਨ੍ਹ ਰਹੀ ਹੈ ਹੁਣ। ਸਾਰੇ ਇੱਕ ਦੂਜੇ ਨੂੰ ਵਧੀਆ ਤਰੀਕੇ ਨਾਲ ਰੱਖੜੀਆਂ ਬੰਨ੍ਹੀਆਂ ਗਈਆਂ ਅਤੇ ਵਧੀਆ ਤਰ੍ਹਾਂ ਖੁਸ਼ੀਆਂ ਨਾਲ ਤਿਉਹਾਰ ਮਨਾਇਆ ਗਿਆ ਅਤੇ ਵਧੀਆ ਚਲੋ ਜੀ ਸੋਹਣਾ ਲੱਗਦਾ ਹੈ ਜੀ। ਅਤੇ ਖੁਸ਼ੀਆਂ ਦਾ ਮੌਕਾ ਹੈ ਅਤੇ ਪਰਮਾਤਮਾ ਸਾਰਿਆਂ ਦੇ ਵਿਹੜੇ ਦੇ ਵਿੱਚ ਖੁਸ਼ੀਆਂ ਲੈ ਕੇ ਆਏ ਅਤੇ ਇਸੇ ਤਰ੍ਹਾਂ ਹੀ ਸਾਰੇ ਆਪਣੇ ਆਪਣੇ ਖੁਸ਼ੀਆਂ ਮਨਾਉਣ ਜੀ। ਅਤੇ ਇੱਥੇ ਆਪਾਂ ਹੁਣ ਰੋਟੀ ਬਣਾ ਰਹੇ ਹਾਂ ਜੀ, ਸਬਜ਼ੀ ਬਣਾ ਲਈ ਸੀ, ਕੜੀ ਬਣਾਈ ਸੀ ਅਤੇ ਇੱਥੇ ਹੁਣ ਆਪਾਂ ਰੋਟੀ ਬਣਾ ਰਹੇ ਹਾਂ ਅਤੇ ਹੁਣ ਮੈਂ ਰੋਟੀ ਖਵਾ ਰਹੀ ਹੈ ਨਾਲੋਂ ਨਾਲ ਜੀ। ਅਤੇ ਗਰਮੀ ਵੀ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ, ਦੋ ਦੋ ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਸੀ। ਅਤੇ 2 ਤਰੀਕ ਦੀ 1, 2, 3 ਦਿਨ, ਤੀਜੇ ਦਿਨ ਤਾਂ ਰੱਖੜੀ ਵਾਲੇ ਦਿਨ ਤਾਂ ਬਹੁਤ ਹੀ ਜ਼ਿਆਦਾ ਗਰਮੀ ਸੀ। ਅਤੇ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਜੀ, ਅਤੇ ਆਪਾਂ ਹੁਣ ਰੋਟੀ ਬਣਾ ਕੇ ਅਤੇ ਇਹਨਾਂ ਨੂੰ ਖਵਾ ਦਿੰਦੇ ਹਾਂ ਜੀ ਅਤੇ ਫਿਰ ਤੁਹਾਡੇ ਨਾਲ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਜੀ ਫਿਰ। ਇਹ ਹੈਗਾ ਜੀ ਰੱਖੜੀ ਵਾਲੇ ਦਿਨ ਦੀ ਕਲਿੱਪ ਹੈ ਜੀ। ਅਤੇ ਇੱਥੇ ਹੁਣ ਆਏ ਨੇ ਸਾਡੇ ਵੱਡੇ ਦੀਦੀ ਅਤੇ ਇਹ ਮਤਲਬ ਥੋੜ੍ਹੇ ਇੱਥੇ ਨੇੜੇ ਹੀ ਰਹਿੰਦੇ ਨੇ, 10-10 ਮਿੰਟ ਦਾ ਰਸਤਾ ਹੀ ਹੈ, ਨੇੜੇ ਹੀ ਨੇ, ਕੋਈ ਜ਼ਿਆਦਾ ਦੂਰ ਨਹੀਂ ਹੈਗੇ। ਅਤੇ ਇਹ ਹੁਣੇ ਆਏ ਸੀਗੇ ਅਤੇ ਟਾਈਮ ਹੋ ਗਿਆ ਸੀ, 10-11 ਵਜੇ ਦਾ ਟਾਈਮ ਸੀਗਾ ਅਤੇ ਇਹਨਾਂ ਨੇ ਵੀ ਰੱਖੜੀ ਬੰਨ੍ਹਣ ਆਉਣਾ ਸੀਗਾ ਅਤੇ ਇਹ ਵੀ ਹੁਣ ਰੱਖੜੀ ਬੰਨ੍ਹਣਗੇ ਜੀ ਸਾਰਿਆਂ ਨੂੰ ਜੀ। ਅਤੇ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਅਤੇ ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ। ਅਤੇ ਬੱਚੇ ਦੇਖੋ ਜੀ ਕਿੰਨਾ ਖੁਸ਼ ਹੋ ਰਹੇ ਨੇ ਅਤੇ ਐਕਸਾਈਟਮੈਂਟ ਇਹਨਾਂ ਦੀ ਬਹੁਤ ਜ਼ਿਆਦਾ ਹੈ। ਇੱਕ ਭੂਆ ਤਾਂ ਬੰਨ੍ਹ ਗਈ ਹੈ ਅਤੇ ਹੁਣ ਅੱਜ ਦੂਜੀ ਭੂਆ ਵੀ ਆ ਗਏ ਨੇ ਰੱਖੜੀ ਬੰਨ੍ਹਣ ਅਤੇ ਮੌਜਾਂ ਹੀ ਮੌਜਾਂ ਲੱਗੀਆਂ ਹੋਈਆਂ ਨੇ, ਮਿਠਾਈਆਂ ਖਾਣ ਨੂੰ ਮਿਲ ਰਹੀਆਂ ਨੇ ਅਤੇ ਰੱਖੜੀਆਂ ਵੀ ਬੰਨ੍ਹਣ ਨੂੰ ਮਿਲ ਰਹੀਆਂ ਨੇ। ਫਿਰ ਦੇਖਦੇ ਨੇ ਇੱਕ ਦੂਜੇ ਨੂੰ ਵੀ ਤੈਨੂੰ ਕਿਵੇਂ ਦੀ ਰੱਖੜੀ ਬੰਨ੍ਹੀ ਹੈ ਅਤੇ ਕਿ ਤੈਨੂੰ ਕਿਵੇਂ ਦੀ ਬੰਨ੍ਹੀ ਹੈ। ਪਰ ਜਦੋਂ ਦੀਦੀ ਹੋਰੀ ਨੇ ਸਾਰਿਆਂ ਨੂੰ ਮਤਲਬ ਇੱਕੋ ਜਿਹੀਆਂ ਰੱਖੜੀਆਂ ਲੈ ਕੇ ਆਉਂਦੇ ਨੇ, ਤੁਹਾਨੂੰ ਪਤਾ ਹੀ ਹੈ ਫਿਰ ਬੱਚਿਆਂ ਦਾ, ਅਤੇ ਇਹ ਬ੍ਰੈਸਲੇਟ ਲੈ ਕੇ ਆਏ ਨੇ ਦੀਦੀ ਹੋਰੀ। ਅਤੇ ਲਓ ਜੀ ਰੱਖੜੀਆਂ ਬੰਨ੍ਹੀਆਂ ਗਈਆਂ ਨੇ ਅਤੇ ਵਧੀਆ ਤਰੀਕੇ ਨਾਲ ਤਿਉਹਾਰ ਮਨਾਇਆ ਗਿਆ, ਸਾਰਿਆਂ ਨੇ ਵਧੀਆ ਤਰੀਕੇ ਨਾਲ ਤਿਉਹਾਰ ਮਨਾ ਲਿਆ। ਹੁਣ ਖੁਸ਼ੀਆਂ ਦਾ ਇਹ ਮੌਕਾ ਸੀ, ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ। ਅਤੇ ਚਲੋ ਜੀ, ਅਤੇ ਆਪਾਂ ਵੀ ਇਹਨਾਂ ਨੂੰ ਹੁਣ ਮਤਲਬ ਕੱਪੜਾ ਲੀੜਾ ਨਹੀਂ ਸੀ ਦਿੱਤਾ ਹੈਗਾ ਬਣਾ ਕੇ, ਅਤੇ ਮੈਂ ਤਾਂ ਪੈਸੇ ਹੀ ਦੇ ਦਿੰਦੀ ਹੁੰਦੀ ਹਾਂ ਕਿਉਂਕਿ ਜਿਹੜੇ ਕੱਪੜਾ ਲੀੜਾ ਨਾ ਆਪਣੇ ਹਰ ਕੋਈ ਆਪਣੀ ਪਸੰਦ ਦੀ ਖਰੀਦ ਲੈਂਦਾ ਹੁੰਦਾ ਅਤੇ ਕਿਸੇ ਨੂੰ ਪਸੰਦ ਆਉਂਦਾ ਅਤੇ ਕਿਸੇ ਨੂੰ ਨਹੀਂ ਆਉਂਦਾ ਅਤੇ ਪੈਸੇ ਵੀ ਅਗਲੇ ਦੇ ਕੰਮ ਆ ਜਾਂਦੇ ਨੇ। ਅਤੇ ਚਲੋ ਜੀ ਇਸ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ, ਮਿਲਦੇ ਹਾਂ ਜੀ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ, ਹੈਪੀ ਰੱਖੜੀ ਜੀ।